ਕੁੰਵਰ ਵਿਜੇ ਪ੍ਰਤਾਪ ਅਤੇ ਬਹਿਬਲ ਕਲਾਂ ਮੋਰਚਾ ਦੇ ਵਿਚਕਾਰ ਜਿਹੜੀ ਆਪਸ ਦੇ ਵਿੱਚ ਖੜਕ ਚੁੱਕੀ ਹੈ ਔਰ ਬਹਿਬਲ ਕਲਾਂ ਮੋਰਚੇ ਦੇ ਚਲਾਉਣ ਵਾਲੇ ਜਿਹੜੇ ਸੰਚਾਲਕ ਨੇ ਸੁਖਰਾਜ ਸਿੰਘ ਅਤੇ ਉਹਨਾਂ ਦੇ ਦਾਦਾ ਜੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਕਈ ਤਰੀਕੇ ਦੀਆਂ ਇਲਜ਼ਾਮਬਾਜ਼ੀਆਂ ਕੀਤੀਆਂ ਗਈਆਂ ਨੇ ਪਰ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਹੈ ਔਰ ਦੋਵਾਂ ਦੇ ਵਿੱਚੋਂ ਚਾਹੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣ ਔਰ ਚਾਹੇ ਉਹ ਸੁਖਰਾਜ ਸਿੰਘ ਹੋਣ ਉਹਨਾਂ ਦੇ ਦੋਵਾਂ ਦੇ ਵੱਲੋਂ ਜਿਹੜੀ ਗੱਲਬਾਤ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਔਰ ਬਹਿਬਲ ਕਲਾਂ ਮੋਰਚੇ ਦੇ ਵੱਲੋਂ ਜੋ ਇਲਜ਼ਾਮਬਾਜ਼ੀ ਕੁੰਵਰ ਵਿਜੇ ਪ੍ਰਤਾਪ ਦੇ ਉੱਪਰ ਕੀਤੀ ਗਈ ਹੈ ਉਸ ਪੂਰੇ ਮਾਮਲੇ ਦੀ ਅਸਲ ਸੱਚਾਈ ਤੋਂ ਤੁਹਾਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹਦੀਆਂ ਗੱਲਾਂ ਦੇ ਵਿੱਚ ਕਿੰਨਾ ਦਮ ਹੈ ਗੱਲਬਾਤ ਇਸ ਤੇ ਕਰਾਂਗੇ ਔਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਇੱਕ ਵਾਰ ਫਿਰ ਕਿ ਰਾਜਪਾਲ ਜਿਹੜੇ ਆ ਉਹ ਕਰਾਰਾ ਝਟਕਾ ਦੇਣ ਜਾ ਰਹੇ ਨੇ ਕਿ ਸਰਕਾਰ ਇੱਕ ਵਾਰ ਫਿਰ ਬੈਕਫੁੱਟ ਤੇ ਜਾਊਗੀ ਕਿ ਵਿਰੋਧੀ ਪਾਰਟੀਆਂ ਅਤੇ ਰਾਜਪਾਲ ਜਿਹੜੇ ਆ ਉਹ ਸਰਕਾਰ ਤੇ ਇੱਕ ਵਾਰ ਫਿਰ ਹਾਵੀ ਹੋ ਜਾਣਗੇ ਇਹਨਾਂ ਪੂਰੇ ਮਾਮਲਿਆਂ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨੀਸ਼ ਸਿੰਘ ਅੜਕੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅੜਕੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅੜਕੀ ਸਾਹਿਬ ਸ਼ੁਰੂਆਤ ਜਿਹੜੀ ਹੈ ਉਹ ਆਪਾਂ ਕੁੰਵਰ ਵਿਜੇ ਪ੍ਰਤਾਪ ਔਰ ਬਹਿਬਲ ਕਲਾਂ ਮੋਰਚੇ ਦੇ ਵਿਚਕਾਰ ਜਿਹੜੀ ਤਣੀ ਹੋਈ ਹੈ ਉਹਦੇ ਤੇ ਕਰਨੀ ਹੈ। ਕੁੰਵਰ ਵਿਜੇ ਪ੍ਰਤਾਪ ਦੇ ਉੱਪਰ ਪਿਛਲੇ ਦਿਨੀ ਕਈ ਤਰੀਕੇ ਦੀ ਜਿਹੜੀਆਂ ਇਲਜ਼ਾਮਬਾਜ਼ੀਆਂ ਕੀਤੀਆਂ ਗਈਆਂ ਇੱਕ ਦਰਖਾਸਤ ਸਾਹਮਣੇ ਆ ਗਈ ਜਿਹੜੀ ਕੋਰਟ ਦੇ ਵਿੱਚ ਦਿੱਤੀ ਗਈ ਬਹਿਬਲ ਕਲਾਂ ਮੋਰਚੇ ਦੇ ਵੱਲੋਂ ਔਰ ਕੁਝ ਗਵਾਹਾਂ ਦੇ ਵੱਲੋਂ ਕਿ ਸਾਡੇ ਬਿਆਨਾਂ ਨੂੰ ਜਿਹੜਾ ਉਹ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਔਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਵੀ ਉਹ ਤੇ ਗੱਲਾਂ ਰੱਖੀਆਂ ਨੇ ਤੇ ਹੁਣ ਇੱਕ ਹੋਰ ਨਵੀਂ ਪ੍ਰੈਸ ਕਾਨਫਰੰਸ ਕਰਕੇ ਸੁਖਰਾਜ ਸਿੰਘ ਹੋਰਾਂ ਦੇ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੇ ਉੱਪਰ ਕਈ ਤਰੀਕੇ ਦੀਆਂ ਇਲਜ਼ਾਮਬਾਜ਼ੀਆਂ ਕੀਤੀਆਂ ਗਈਆਂ ਨੇ। ਉਧਰ ਸੁਖਰਾਜ ਸਿੰਘ ਕੁਝ ਹੋਰ ਕਹਿ ਰਹੇ ਆ ਔਰ ਉਧਰੋਂ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਹ ਕੁਝ ਹੋਰ ਕਹਿ ਰਹੇ ਨੇ। ਅਸਲ ਮਾਮਲੇ ਦੀ ਸੱਚਾਈ ਹੈ ਕੀ ਹੈ ਇਹ ਜ਼ਰੂਰ ਦੱਸਿਓ ਕਿ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਉਹ ਸਹੀ ਨੇ ਜਾਂ ਫਿਰ ਕੁੰਵਰ ਵਿਜੇ ਪ੍ਰਤਾਪ ਜਿਹੜੀਆਂ ਗੱਲਾਂ ਕਹਿ ਰਹੇ ਨੇ ਔਰ ਲੋਕ ਜੋ ਇਹ ਗੱਲਾਂ ਕਹਿ ਰਹੇ ਨੇ ਕਿ ਗਵਾਹ ਕਿਸੇ ਲਾਲਚ ਦੇ ਬਸ ਪੈ ਕੇ ਮੁੱਕਰ ਗਏ ਜਾਂ ਕੋਈ ਹੋਰ ਗੱਲਾਂ ਇਹ ਪੂਰੇ ਮਾਮਲੇ ਦੀ ਅਸਲ ਸੱਚਾਈ ਹੈ ਕੀ ਇਹ ਤੋਂ ਸਾਨੂੰ ਜਾਣੂ ਕਰਵਾਇਆ। ਸੁਖਵਿੰਦਰ ਜੀ ਜਿਸ ਤਰੀਕੇ ਨਾਲ ਅੱਜ ਦੇ ਦੌਰ ਦੇ ਵਿੱਚ ਜਾਂ ਅੱਜ ਦੇ ਸਮੇਂ ਦੇ ਵਿੱਚ ਸੁਖਰਾਜ ਵਰਸਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਆਪਸੀ ਤਣਾਤਣੀ ਜਿਹੜੀ ਵਾਦ ਵਿਵਾਦਾਂ ਦਾ ਵਿਸ਼ਾ ਬਣਦੀ ਪਈ ਹੈ ਉਹ ਸਭ ਦੇ ਨਾਲ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਇਹ ਇਨਸਾਫ ਲੈਣ ਵਾਲੀ ਜਿਹੜੀ ਗੱਲ ਸ਼ੁਰੂ ਕੀਤੀ ਸੀ ਇਨਸਾਫ ਬੜੀ ਦੂਰ ਰਹਿ ਜਾਣਾ ਤੇ ਆਪਸੀ ਝਗੜਾ ਜਿਹੜਾ ਉਹ ਸਾਹਮਣੇ ਆ ਰਿਹਾ। ਹੁਣ ਇਹ ਮਸਲਾ ਉਸ ਦਿਨ ਸ਼ੁਰੂ ਹੁੰਦਾ ਕਿ ਜਿਸ ਦਿਨ ਜਿਹੜੇ ਸੁਖਰਾਜ ਸਿੰਘ ਦੇ ਦਾਦਾ ਜੀ ਨੇ ਉਹਨਾਂ ਵੱਲੋਂ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਤੇ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੂੰ ਕਿਹਾ ਲਿਖਿਆ ਜਾਂਦਾ ਕਿ ਜੱਜ ਸਾਹਿਬ ਨੂੰ ਕਿ ਹਾਂ ਵੀ ਸਾਡੇ ਬਿਆਨ ਜਿਹੜੇ ਉਹ ਦਰਜ ਕੀਤੇ ਜਾਣ ਕਿਉਂਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਜਿਹੜੇ ਬਿਆਨ ਦਰਜ ਕੀਤੇ ਸਨ ਉਹ ਸਾਥੋਂ ਬਿਨਾਂ ਦਰਜ ਹੋਏ ਨੇ ਜਿਨ੍ਹਾਂ ਨੂੰ ਅਸੀਂ ਦੋਸ਼ੀ ਮੰਨਦੇ ਸਾਂ ਜਿਹੜੇ ਦੋਸ਼ੀ ਦੇ ਰੂਪ ਦੇ ਵਿੱਚ ਜਿਨ੍ਹਾਂ ਦਾ ਨਾਮ ਅਸੀਂ ਲਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਹਨਾਂ ਨੂੰ ਗਵਾਹ ਬਣਾ ਲਿਆ ਬੜੇ ਨਾਮ ਉਹਨਾਂ ਨੇ ਇਹੋ ਜਿਹੇ ਨਾਮ ਦੇ ਖਾਸ ਤੌਰ ਤੇ ਇੰਸਪੈਕਟਰ ਪ੍ਰਦੀਪ ਸਿੰਘ ਦਾ ਨਾਮ ਇਹ ਮੈਂ 2 ਦਿਨ ਪਹਿਲਾਂ ਦੀ ਗੱਲ ਕਰ ਰਿਹਾ ਜਾਂ 21 ਤਰੀਕ ਦੀ ਜਿਹੜੀ ਚਿੱਠੀ ਆ ਉਹਦੇ ਸੰਬੰਧ 'ਚ ਮੈਂ ਗੱਲ ਕਰ ਰਿਹਾ ਤੇ 29/7 ਨੂੰ ਜਿਹੜੀ ਹੁਣ ਤਰੀਕ ਮਿੱਥੀ ਗਈ ਹੈ ਜਿਹਦੇ ਵਿੱਚ ਆ ਤਰੀਕ ਇਸ ਕੇਸ ਦੀ ਸੁਣਵਾਈ ਹੋਣੀ ਆ ਉਸ ਸੁਣਵਾਈ ਦੇ ਵਿੱਚ ਇਹ ਮਹਿੰਦਰ ਸਿੰਘ ਹੋਣਾ ਨੇ ਜਿਹੜੇ ਸੁਖਰਾਜ ਦੇ ਦਾਦਾ ਜੀ ਨੇ ਉਹਨਾਂ ਨੇ ਇਹ ਬੇਨਤੀ ਕੀਤੀ ਕਿ ਸਾਡਾ ਵਿੱਚ ਲਿਆ ਜਾਵੇ। ਇਹ ਜੋ ਕੁਝ ਹੋਇਆ ਮਸਲਾ ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਸਾਹਮਣੇ ਆਉਂਦੇ ਆ ਉਹਨਾਂ ਨੇ ਆਣ ਕੇ ਜਿਸ ਤਰੀਕੇ ਨਾਲ ਆਪਣੇ ਤੱਥ ਜਿਹੜੇ ਪੇਸ਼ ਕੀਤੇ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਸਾਰੀ ਕਹਾਣੀ ਨੂੰ ਦੱਸਿਆ ਉਹਦੇ ਨਾਲ ਇੱਕ ਹੋਰ ਜਿਹੜੀ ਪ੍ਰੈਸ ਕਾਨਫਰੰਸ ਉਹ ਜਿਹੜੀ ਅੱਜ ਸੁਖਰਾਜ ਹੋਣਾ ਜਿਹੜੀ ਬੀਤੇ ਦਿਨ ਜਿਹੜੀ ਕੀਤੀ ਉਹ ਵੀ ਸਾਹਮਣੇ ਜਿਹੜੀ ਆ ਜਾਂਦੀ ਹੈ। ਸੁਖਵਿੰਦਰ ਜੀ ਆਪਾਂ ਉਹਨਾਂ ਨੇ ਕੀ ਕਿਹਾ ਜਾਂ ਉਹਨਾਂ ਨੇ ਕੀ ਕਿਹਾ ਉਸ ਨੂੰ ਛੱਡ ਕੇ ਜੇਕਰ ਅਸੀਂ ਮਸਲੇ ਦੀ ਸਿੱਧੀ ਸੱਚਾਈ ਦੀ ਗੱਲ ਕਰੀਏ ਜਾਂ ਜੋ ਤੱਥਾਂ ਦੇ ਆਧਾਰ ਤੇ ਗੱਲ ਕਰੀਏ ਤਾਂ 2 ਗੱਲਾਂ ਸੁਖਵਿੰਦਰ ਜੀ ਸਾਹਮਣੇ ਆਉਂਦੀਆਂ ਨੇ। ਜਿਸ ਤਰੀਕੇ ਨਾਲ ਸੁਖਰਾਜ ਸਿੰਘ ਹੋਣਾ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਇਹ ਇਲਜ਼ਾਮ ਲਾਇਆ ਗਿਆ ਕਿ ਜਿਹੜੀ ਬਹਿਬਲ ਕਲਾਂ ਜਿਹੜੀ ਰਿਪੋਰਟ ਸੀ ਜਾਂ ਉਸ ਦਾ ਚਲਾਨ ਜਿਹੜਾ ਉਹ ਪੇਸ਼ ਕਿਉਂ ਨਹੀਂ ਹੋਇਆ ਜਾਂ ਪੇਸ਼ ਹੋ ਗਿਆ ਜਾਂ ਕੋਟਕਪੂਰੇ ਦੀ ਜਿਹੜੀ ਰਿਪੋਰਟ ਆ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ। ਹੁਣ ਅਗਰ ਵੇਖਿਆ ਜਾਵੇ ਤਾਂ ਕੋਟਕਪੂਰੇ ਜਿਹੜੀ ਰਿਪੋਰਟ ਸੀ ਜਿਹੜੀ SIT ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਸੀ ਉਸ ਨੂੰ ਖਾਰਜ ਕਰ ਦਿੱਤਾ ਜਾਂਦਾ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਹਾਈ ਕੋਰਟ ਵੱਲੋਂ ਉਸ ਵਕਤ ਉਹ ਖਾਰਜ ਹੋ ਜਾਂਦੇ ਨੇ ਤੇ ਦੂਸਰੇ ਪਾਸੇ ਉਸ ਜਦੋਂ ਰਿਪੋਰਟ ਦੇ ਸੰਬੰਧ ਵਿੱਚ ਸਰਕਾਰ ਉਹਨਾਂ ਦੇ ਹੱਕ ਵਿੱਚ ਨਹੀਂ ਖਲੋਂਦੀ ਜਦੋਂ ਚਿੱਠੀ ਵੀ ਲਿਖਦੇ ਆ ਤਾਂ ਅਖੀਰ ਉਹ ਅਸਤੀਫਾ ਦੇ ਕੇ ਸਾਈਡ ਤੇ ਹੋ ਜਾਂਦੇ ਆ। ਤਾਂ ਫਿਰ ਜਿਹੜਾ ਬਹਿਬਲ ਕਲਾਂ ਗੋਲੀਕਾਂਡ ਦਾ ਜਿਹੜਾ ਚਲਾਨ ਸੀ ਜਿਹੜਾ ਉਹ ਪੇਸ਼ ਹੋ ਚੁੱਕਾ ਤਾਂ ਉਹਦੇ ਵਿੱਚ ਸਿਰਫ ਇੱਕ ਹੀ ਚਲਾਨ ਜਿਹੜਾ ਉਹ ਪੇਸ਼ ਹੋਣਾ ਜਿਹੜਾ ਸੁਖਬੀਰ ਨਾਲ ਸੰਬੰਧਿਤ ਜਿਸ ਤਰੀਕੇ ਨਾਲ ਸੁਖਰਾਜ ਸਿੰਘ ਹੋਣੀ ਕਹਿੰਦੇ ਕਿ ਸੁਖਬੀਰ ਨੂੰ ਅਰੈਸਟ ਕਿਉਂ ਨਹੀਂ ਕੀਤਾ ਗਿਆ ਉਸ ਵਕਤ ਉਹ ਸਰਕਾਰ ਦਾ ਹਿੱਸਾ ਨਹੀਂ ਸਨ
ਕਬਰ ਵਿਜੇ ਪ੍ਰਤਾਪ ਸਿੰਘ ਹੋਣੀ, ਨੰਬਰ 2 ਉਹ ਛੱਡ ਕੇ ਆ ਚੁੱਕੇ ਸੀ। ਤਾਂ ਉਸ ਸਥਿਤੀ ਦੇ ਵਿੱਚ ਜਿਹੜੀ ਇਹ ਕਹਾਣੀ ਜਿਹੜੀ ਬਣਦੀ, ਜਿਸ ਤਰੀਕੇ ਨਾਲ ਸੁਖਰਾਜ ਜਿਹੜੀ ਬਿਆਨ ਕਰ ਰਹੇ ਆ, ਉਹ ਕਿਤੇ ਵੀ ਜਿਹੜੀ ਆ ਉਹ ਸਟੈਂਡ ਕਰਦੀ ਨਜ਼ਰ ਨਹੀਂ ਆਉਂਦੀ। ਹੁਣ ਨਵੇਂ ਤੱਥ ਇਹ ਨੇ ਕਿ ਜੋ ਕੁਝ ਪਤਾ ਲੱਗਾ ਜਾਂ ਜਿਸ ਤਰੀਕੇ ਦੀ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਸੁਖਵਿੰਦਰ ਜੀ, ਉਸ ਅਨੁਸਾਰ ਤੇ ਇਹ ਗੱਲ ਆ ਕਿ ਜਦੋਂ ਕਬਰ ਵਿਜੇ ਪ੍ਰਤਾਪ ਸਿੰਘ ਹੋਣੀ ਇਹ ਜਾਂਚ ਕਰ ਰਹੇ ਸਨ, ਜਦੋਂ ਦੋਸ਼ੀਆਂ ਵੱਲੋਂ ਕੋਰਟ ਦੇ ਵਿੱਚ ਰਿੱਟ ਪਾਈ ਗਈ ਕਿ ਇਹ ਜੋ ਕੁਝ ਹੈ ਕੀ ਹੈ ਤੱਥਾਂ ਤੋਂ ਰਹਿਤ ਜਾਂ ਜੇ ਹੈ ਵੋ ਹੈ, ਤਾਂ ਉਸ ਵੇਲੇ ਜਿਹੜੇ ਸੁਖਰਾਜ ਸਿੰਘ ਹੋਣੀ ਸੀ ਕਹਿੰਦੇ ਸੀ ਕਿ ਹਰ ਤਰੀਕ ਤੇ ਉੱਥੇ ਸਰਕਾਰੀ ਵਕੀਲਾਂ ਨਾਲ ਜਾਂਦੇ ਰਹੇ, ਉੱਥੇ ਜਾ ਕੇ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਕਿ ਇਹ ਜਿਹੜੀ ਵਿਰੋਧੀ ਧਿਰ ਜਾਂ ਅਸੀਂ ਕਹਿ ਸਕਦੇ ਕਥਿਤ ਤੌਰ ਤੇ ਜਿਹੜੇ ਦੋਸ਼ੀ ਨੇ ਉਹਨਾਂ ਵੱਲੋਂ ਜਿਹੜੀ ਰਿੱਟ ਪਾਈ ਆ ਉਸ ਨੂੰ ਹਰ ਹਾਲਤ ਵਿੱਚ ਡਿਸਮਿਸ ਕੀਤਾ ਜਾਵੇ। ਕਹਿੰਦੇ ਜਦੋਂ ਵਕੀਲਾਂ ਨਾਲ ਜਾਂਦੇ ਰਹੇ, ਵਕੀਲਾਂ ਨੇ ਉਹਨਾਂ ਨੂੰ ਭਰੋਸਾ ਵੀ ਦਿੱਤਾ ਤੇ ਸਾਰਾ ਕੁਝ ਫਿਰ ਉਹਨਾਂ ਦੀ ਮਰਜ਼ੀ ਨਾਲ ਹੋ ਗਿਆ। ਪਰ ਹੁਣ ਸਥਿਤੀ ਦਾ ਤਕਾਜ਼ਾ ਇਹ ਆ ਕਿ ਅੱਜ ਉਹੀ ਗੱਲਾਂ ਜਿਹੜੀ ਉਸ ਸਮੇਂ ਤੇ ਕਥਿਤ ਦੋਸ਼ੀ ਕਰ ਰਹੇ ਸਨ ਹੁਣ ਸੁਖਰਾਜ ਸਿੰਘ ਹੋਣੀ ਜਿਹੜੇ ਉਹ ਕਰ ਰਹੇ ਨੇ। ਤਾਂ ਇਹ ਸਾਰੀ ਸਥਿਤੀ ਦੇ ਵਿੱਚ ਜਿਹੜਾ ਗੁੰਝਲਗਰੀ ਜਿਹੜੀ ਸਥਿਤੀ ਹੈ ਸੁਖਵਿੰਦਰ ਜੀ, ਉਹ ਬਣਦੀ ਨਜ਼ਰ ਆ ਰਹੀ ਹੈ, ਕਿਉਂਕਿ ਦੋਵੇਂ ਧਿਰਾਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੀਆਂ ਨੇ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਸ ਦਿਨ ਸੁਖਰਾਜ ਸਿੰਘ ਜਾਂ ਜਿਹੜਾ ਬਹਿਬਲ ਕਲਾਂ ਇਨਸਾਫ ਮੋਰਚੇ ਵੱਲੋਂ ਜਿਸ ਦਿਨ ਹਾਈਵੇ ਜਾਮ ਕੀਤਾ ਗਿਆ, ਨੈਸ਼ਨਲ ਹਾਈਵੇ ਜਾਮ ਕੀਤਾ ਗਿਆ, ਸਰਕਾਰ ਦੇ ਕੁਝ ਵਿਅਕਤੀ ਆਏ, ਸਮਝੌਤਾ ਹੋਇਆ, ਹਾਲਾਂਕਿ ਉਸ ਵਕਤ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਚਿਰ ਤੱਕ ਇਹ ਮੋਰਚਾ ਨਹੀਂ ਉੱਠੇਗਾ ਕਿ ਜਿੰਨਾ ਚਿਰ ਤੱਕ ਪੂਰਨ ਤੌਰ ਤੇ ਇਨਸਾਫ ਨਹੀਂ ਹੋਏਗਾ। ਸਿਰਫ ਭਰੋਸਾ ਦਿੱਤਾ ਗਿਆ ਤਾਂ ਉਸ ਵੇਲੇ ਇਨਸਾਫ ਮੋਰਚੇ ਦੇ ਜਿਹੜੇ ਕਾਰਕੁਨ ਸਨ ਉੱਥੋਂ ਉੱਠੇ ਤੇ ਜਾ ਕੇ ਉਹਨਾਂ ਨੇ ਮੱਥਾ ਉੱਥੇ ਟੇਕਿਆ ਸ੍ਰੀ ਹਰਿਮੰਦਰ ਸਾਹਿਬ ਵਿਖੇ। ਉਸ ਵਕਤ ਵੀ ਇਨਸਾਫ ਮੋਰਚੇ ਦੇ ਇਹਨਾਂ ਕਾਰਕੁਨਾਂ ਤੇ ਇਹਨਾਂ ਦੀ ਕਾਰਵਾਈ ਦੇ ਉੱਤੇ ਲੋਕਾਂ ਨੇ ਸ਼ੰਕੇ ਜਿਹੜੇ ਜ਼ਰੂਰ ਪ੍ਰਗਟਾਏ ਸਨ ਕਿ ਸ਼ਾਇਦ ਇਸ ਤਰ੍ਹਾਂ ਲੱਗਦਾ ਕਿ ਪਰਦੇ ਦੇ ਪਿੱਛੇ ਕੋਈ ਲੈਣ ਦੇਣ ਜਾਂ ਕੋਈ ਸਮਝੌਤਾ ਜਿਹੜਾ ਸਰਕਾਰ ਦੇ ਨਾਲ ਹੋ ਗਿਆ ਹੋਵੇ। ਹੁਣ ਜਿਹੜੀਆਂ ਸਥਿਤੀਆਂ ਬੜੀ ਜੀ ਸਾਹਿਬ, ਇੱਕ ਗੱਲ ਇਹ ਵੀ ਹੈ ਨਾ, ਜਿਹੜੀ ਜਿਹੜੀ ਗਵਾਹ ਕਹਿ ਰਹੇ ਆ ਕਿ ਸਾਡੇ ਬਿਆਨ ਜਿਹੜੇ ਉਹ ਤੋੜ ਮਰੋੜ ਕੇ ਪੇਸ਼ ਕਰ ਦਿੱਤੇ ਗਏ ਆ ਕਬਰ ਵਿਜੇ ਪ੍ਰਤਾਪ ਦੇ ਵੱਲੋਂ, ਇਹ ਵੀ ਗੱਲ ਪਤਾ ਲੱਗ ਰਹੀ ਹੈ ਕਿ ਉਹ ਬਿਆਨ ਜਿਹੜੇ ਆ ਉਹ ਖੁਦ ਉਹਨਾਂ ਨੇ ਹੱਥ ਲਿਖਤੀ ਦਿੱਤੇ ਹੋਏ ਸੀਗੇ ਉਹਨਾਂ ਗਵਾਹਾਂ ਨੇ, ਜਦਕਿ ਕਬਰ ਵਿਜੇ ਪ੍ਰਤਾਪ ਹੋਰਾਂ ਨੇ ਕਹਿੰਦੇ ਲਿਖੇ ਨਹੀਂ ਹੈ। ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸੁਖਰਾਜ ਸਿੰਘ ਖੁਦ ਉਹਨਾਂ ਗਵਾਹਾਂ ਨੂੰ ਲੈ ਕੇ ਆਏ ਸੀ ਔਰ ਹੱਥ ਲਿਖਤ ਉਹਨਾਂ ਨੇ ਬਿਆਨ ਦਿੱਤੇ, ਜਦਕਿ ਸੁਖਰਾਜ ਸਿੰਘ ਇਹ ਗੱਲ ਕਹਿ ਰਹੇ ਹੈ ਕਿ ਉਹਨਾਂ ਨੇ ਜਿਹੜੇ ਉਹਨਾਂ ਸੁਖਰਾਜ ਸਿੰਘ ਨਹੀਂ ਕਹਿ ਰਹੇ, ਉਹ ਐਪਲੀਕੇਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਗਵਾਹਾਂ ਦੇ ਬਿਆਨਾਂ ਨੂੰ ਜਿਹੜਾ ਉਹ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਜਦਕਿ ਦੂਜੇ ਪਾਸੇ ਇਹ ਗੱਲ ਕਹੀ ਗਈ ਹੈ ਕਿ ਉਹ ਖੁਦ ਲੈ ਕੇ ਆਏ ਸੀਗੇ। ਹਾਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਦਰੁਸਤ ਆ ਕਿ ਜੇਕਰ ਉਹ ਲਿਖ ਕੇ ਲੈ ਕੇ ਆਏ ਸੀ ਤੇ ਹੁਣ ਉਹ ਕਹਿ ਰਹੇ ਨੇ ਕਿ ਆਪਣੀ ਮਰਜ਼ੀ ਨਾਲ ਕਬਰ ਵਿਜੇ ਪ੍ਰਤਾਪ ਸਿੰਘ ਦੇ ਬਦਲ ਦਿੱਤੇ, ਤਾਂ ਸੁਖਵਿੰਦਰ ਜੀ ਪੁਲਿਸ ਨੂੰ ਦਿੱਤਾ ਗਿਆ ਕੋਈ ਵੀ ਬਿਆਨ ਜਿਹੜਾ ਉਹਨਾਂ ਚਿਰ ਪ੍ਰਮਾਣਿਕ ਨਹੀਂ ਹੁੰਦਾ ਜਿੰਨਾ ਚਿਰ ਉਹ ਅਦਾਲਤ ਵਿੱਚ ਜਾ ਕੇ ਉਸੇ ਤਰੀਕੇ ਦਾ ਉਹ ਬਿਆਨ ਜੱਜ ਦੀ ਮੌਜੂਦਗੀ ਦੇ ਵਿੱਚ ਨਹੀਂ ਦਿੰਦੇ। ਈਵਨ ਕਿ ਸੁਖਰਾਜ ਸਿੰਘ ਹੋਣੀ ਤਾਂ ਇਹ ਵੀ ਗੱਲ ਕਹਿ ਰਹੇ ਆ ਕਿ ਅਸੀਂ ਉਸ ਵਕਤ ਮਾਨਯੋਗ ਅਦਾਲਤਾਂ ਨੂੰ ਜਾਂ ਜੱਜ ਸਾਹਿਬ ਨੂੰ ਇਹ ਕਿਹਾ ਗਿਆ ਸੀ, ਮੇਲ ਪਾਈਆਂ, ਈਮੇਲ ਪਾਈਆਂ ਕਿ ਸਾਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਜਾਵੇ। ਤਾਂ ਦੂਜੇ ਪਾਸੇ ਹੁਣ ਮੈਨੂੰ ਲੱਗਦਾ ਕਿ ਜੱਜ ਸਾਹਿਬ ਨੂੰ ਨਹੀਂ ਕਿਹਾ ਕਿ ਮੈਨੂੰ ਲੱਗਦਾ ਕਿ ਉਹ SIT ਦੀ ਗੱਲ ਕਰ ਰਹੇ ਸੀ ਸ਼ਾਇਦ, ਜੇ ਮੈਂ ਗਲਤ ਨਹੀਂ ਹਾਂ ਤਾਂ। ਮੈਂ ਸੁਖਵਿੰਦਰ ਜੀ ਪ੍ਰੈਸ ਕਾਨਫਰੰਸ ਦੀ ਗੱਲ ਕਰ ਰਿਹਾ, ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕਲੀਅਰ ਨਹੀਂ ਕੀਤਾ, ਸ਼ਾਇਦ ਤੁਸੀਂ ਠੀਕ ਕਹਿ ਰਹੇ ਜੀ, ਪਰ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਮੇਲਸ ਪਾਉਂਦੇ ਰਹੇ ਕਿ ਸਾਨੂੰ ਜਾਂਚ ਤਫਤੀਸ਼ ਜਾਂਚ ਵਿੱਚ ਕੀਤਾ ਜਾਵੇ ਜਾਂ ਸਾਡੇ ਬਿਆਨ ਲਏ ਜਾਣ, ਪਰ ਸਾਡੇ ਬਿਆਨ ਜਿਹੜੇ ਕਹਿੰਦੇ ਲਏ ਨਹੀਂ ਗਏ। ਤੇ ਜਦੋਂ ਕਿ ਦੂਜੇ ਪਾਸੇ ਹੁਣ ਇਹ ਵੀ ਪਤਾ ਲੱਗਾ ਕਿ ਉਹਨਾਂ ਕੋਲ ਉਹ ਮੇਲਸ ਜਿਹੜੀਆਂ ਨੇ ਉਹ ਹੈ ਹੀ ਨਹੀਂ, ਜਿਸ ਤਰੀਕੇ ਨਾਲ ਕੁਝ ਦਾਵਾ ਜਿਹੜੇ ਅਧਿਕਾਰੀ ਕਰ ਰਹੇ ਉਹ ਕਹਿੰਦੇ ਕਿ ਠੀਕ ਆ, ਜੇਕਰ ਉਹ ਮੇਲ ਕਰਦੇ ਰਹੇ ਨੇ ਤਾਂ ਉਹਨਾਂ ਨੂੰ ਕਦੋਂ ਮੇਲ ਦਿਖਾ ਦਿਓ। ਸੋ ਕਹਿਣ ਦਾ ਅਰਥ ਆ ਸੁਖਵਿੰਦਰ ਜੀ, ਇਹਦੇ ਵਿੱਚ ਜਿਹੜੀਆਂ ਸਥਿਤੀਆਂ ਬਣ ਰਹੀਆਂ ਨੇ ਉਹ ਕੀ ਹੈ ਜਾਂ ਕੀ ਨਹੀਂ ਉਹਨਾਂ ਨੂੰ ਆਪਾਂ ਛੱਡ ਦਈਏ, ਪਰ ਜਿਸ ਤਰੀਕੇ ਦਾ ਜੋ ਜਿੰਨਾ ਵੀ ਸਿਨੈਰੀਓ ਜਾਂ ਜੋ ਵੀ ਵਰਤਾਰਾ ਸਾਹਮਣੇ ਆਇਆ ਸੁਖਵਿੰਦਰ ਜੀ, ਉਹਦੇ ਨਾਲ ਇੱਕ ਦੂਜੇ ਦੇ ਉੱਤੇ ਜਿਹੜੀ ਸ਼ੱਕ ਹੋਣ ਦੀ ਜਿਹੜੀ ਅਸੀਂ ਕਹਿ ਸਕਦੇ ਕਿ ਪੈਦਾ ਹੋ ਗਿਆ ਉਹ ਮੁਕਰਦਾ ਪਿਆ ਜਾਂ ਦੂਜੇ ਪਾਸੇ ਮੁਕਰਦੇ ਪਏ, ਇਹਦੇ ਨਾਲ ਜਿਹੜਾ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਉਹ ਲਾਈਨ ਜਿਹੜੀ ਕਹਿੰਦੇ ਹੁੰਦੇ ਕਿ ਇਨਸਾਫ ਨਹੀਂ ਜੇ ਮਿਲਣਾ, ਤਾਂ ਸ਼ਾਇਦ ਉਹ ਸਥਿਤੀ ਬਿਲਕੁਲ ਬਾਅਦ ਦਰੁਸਤ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਕਿ ਹੁਣ ਇਨਸਾਫ ਆਪਸੀ ਝਗੜਿਆਂ ਦੇ ਵਿੱਚ ਹੀ ਹੋ ਜਾਣਾ। ਬਾਕੀ ਸੁਖਵਿੰਦਰ ਜੀ ਇੱਕ ਗੱਲ ਹੋਰ ਆਪਾਂ ਕਰ ਦਈਏ, ਉਹ ਵੀ ਗੱਲ ਜ਼ਰੂਰੀ ਕਰਦੀ ਪੈਂਦੀ ਹੈ ਕਿ ਇਹ ਸਾਰੇ ਮਸਲੇ ਨੂੰ ਜਿਸ ਤਰੀਕੇ ਨਾਲ ਕਬਰ ਵਿਜੇ ਪ੍ਰਤਾਪ ਸਿੰਘ ਨੇ ਠਾਇਆ ਸਰਕਾਰ ਬਣਨ ਤੋਂ ਪਹਿਲਾਂ ਵੀ ਤੇ ਸਰਕਾਰ ਬਣਨ ਤੋਂ ਬਾਅਦ ਵੀ ਤੇ ਅੱਜ ਤੱਕ ਵੀ ਜਿਸ ਤਰੀਕੇ ਨਾਲ ਭਾਵੁਕਤਾ ਦੇ ਪੱਧਰ ਤੇ ਉਹ ਇਸ ਮਸਲੇ ਨਾਲ ਜੁੜੇ ਆ, ਤੇ ਸ਼ਾਇਦ ਇਹ ਗੱਲ ਕਿਤੇ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਇਹ ਗੱਲ ਸ਼ਾਇਦ ਸੁਖਾਵੀ ਜਿਹੜੀ ਆ ਉਹ ਲੱਗ ਨਹੀਂ ਰਹੀ, ਤਾਂ ਸ਼ਾਇਦ ਫਿਰ ਪੜਦੇ ਦੇ ਪਿੱਛੇ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਜਿਸਦੇ ਨਾਲ ਇਹ ਮਸਲੇ ਨੂੰ ਹੀ ਇੱਕ ਹੋਰ ਰੁੱਖ ਜਿਹੜਾ ਦਿੱਤਾ ਗਿਆ। ਉੱਥੇ ਜਾ ਰਿਹਾ ਸੀ, ਇਹਦੇ ਵਿੱਚ ਹੋ ਕੀ ਰਿਹਾ, ਮੈਂ ਉੱਥੇ ਆ ਰਿਹਾ ਸੀਗਾ, ਮੈਂ ਇਹੀ ਇੱਕ ਅਹਿਮ ਸਵਾਲ ਇਹਦੇ ਵਿੱਚ ਉੱਠਦਾ ਹੈ ਕਿ ਦੇਖੋ ਕਿ ਕਬਰ ਵਿਜੇ ਪ੍ਰਤਾਪ ਦੇ ਖਿਲਾਫ ਜੇ ਮੈਂ ਗੱਲ ਕਰਾਂ, ਇੱਕ ਜਿਹੜੀ ਐਪਲੀਕੇਸ਼ਨ ਲਿਖ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਕਿਹਾ ਕਿ ਸਾਡੇ ਗਵਾਹਾਂ ਦੇ ਬਿਆਨ ਤੋੜ ਮਰੋੜ ਕੇ ਪੇਸ਼ ਕੀਤੇ ਹੈ ਔਰ
ਸਾਡੇ ਜਿਹੜੇ ਗਵਾਹਾਂ ਦੇ ਬਿਆਨ ਜਿਹੜੇ ਉਹ ਦੁਬਾਰਾ ਦਰਜ ਕੀਤੇ ਜਾਣ ਔਰ ਕੁੰਵਰ ਵਿਜੇ ਪ੍ਰਤਾਪ ਨੂੰ ਉਹਦੇ ਵਿੱਚ ਫੁੱਲ ਤੌਰ ਤੇ ਆ ਚਿੱਠੀ ਜਿਹੜੀ ਪਾਈ ਗਈ ਇਹਨਾਂ ਦੇ ਵੱਲੋਂ ਕੋਰਟ ਦੇ ਵਿੱਚ ਉਹਦੇ ਵਿੱਚ ਫੁੱਲ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਟਾਰਗੇਟ ਜਿਹੜਾ ਉਹ ਕੀਤਾ ਗਿਆ ਅਰਥੀ ਸਾਹਿਬ ਬਹਿਬਲ ਕਲਾਂ ਮੋਰਚੇ ਦੇ ਵੱਲੋਂ ਠੀਕ ਹੈ। ਬਿਲਕੁਲ ਔਰ ਉੱਧਰ ਬਿਲਕੁਲ ਜੇ ਗੱਲ ਬਿਲਕੁਲ ਕਰਾਂ ਜਦੋਂ ਕੋਟਕਪੁਰਾ ਦਾ ਜਦੋਂ ਚਲਾਨ ਪੇਸ਼ ਹੁੰਦਾ ਹੈ ਕੋਟਕਪੁਰਾ ਗੋਲੀ ਕਾਂਡ ਦਾ ਕੋਈ ਦੇਰ ਪਹਿਲਾਂ ਉਹਦੇ ਵਿੱਚੋਂ ਸਿਰਫ ਸਰਕਾਰ ਦਾ ਧੰਨਵਾਦ ਕਰਨਾ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਨਾ ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਿਤੇ ਵੀ ਬਹਿਬਲ ਕਲਾਂ ਮੋਰਚੇ ਦੇ ਵੱਲੋਂ ਨਾਮ ਨਾ ਲੈਣਾ ਔਰ ਸਰਕਾਰ ਭਗਵੰਤ ਮਾਨ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰਨਾ ਮੋਰਚੇ ਦੇ ਵੱਲੋਂ ਔਰ ਇਸ ਚਿੱਠੀ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਫੁੱਲ ਤੌਰ ਤੇ ਟਾਰਗੇਟ ਕਰਨਾ ਇਹ ਕਿੱਧਰਲੇ ਪਾਸੇ ਕਿਤੇ ਕੋਈ ਸਾਜਿਸ਼ ਦੇ ਵੱਲ ਇਸ਼ਾਰਾ ਤਾਂ ਨਹੀਂ ਕਰਦੀ ਜਦਕਿ ਕੁੰਵਰ ਵਿਜੇ ਪ੍ਰਤਾਪ ਨੇ ਇਹਨਾਂ ਦੇ ਕਰਕੇ ਹੀ ਅਸਤੀਫਾ ਦਿੱਤਾ ਕੁੰਵਰ ਵਿਜੇ ਪ੍ਰਤਾਪ ਲਗਾਤਾਰ ਇਹਨਾਂ ਦੇ ਨਾਲ ਖੜੇ ਰਹੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਇਸ ਮੋਰਚੇ ਦੇ ਵੱਲੋਂ ਲਗਾਤਾਰ ਇਹ ਗੱਲ ਕਹਿੰਦੇ ਰਹੇ ਆ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਬੋਲਣ ਦਾ ਕਿਉਂ ਨਹੀਂ ਮੌਕਾ ਦਿੱਤਾ ਕੁੰਵਰ ਵਿਜੇ ਪ੍ਰਤਾਪ ਨੂੰ ਆਪਣੇ ਮੋਰਚਿਆਂ ਤੇ ਸੱਦ ਕੇ ਸਪੈਸ਼ਲ ਬੁਲਾਉਂਦੇ ਰਹੇ ਆ ਪਰ ਕੁਝ ਦਿਨਾਂ ਦੇ ਵਿੱਚ ਕੁਝ ਪਿਛਲੇ ਕੁਝ ਮਹੀਨਿਆਂ ਤੋਂ ਮੈਂ ਦੇਖ ਰਿਹਾ ਕਿ ਇਹ ਮੋਰਚਾ ਫੁੱਲ ਤੌਰ ਤੇ ਭਗਵੰਤ ਮਾਨ ਤੇ ਸਰਕਾਰ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਕੁੰਵਰ ਵਿਜੇ ਪ੍ਰਤਾਪ ਦਾ ਕਿਤੇ ਨਾਮ ਨਹੀਂ ਔਰ ਜਦੋਂ ਉੱਥੋਂ ਵੀ ਕੁਝ ਨਹੀਂ ਨਿਕਲਿਆ ਔਰ ਉਸ ਤੋਂ ਬਾਅਦ ਹੁਣ ਚਿੱਠੀ ਦੇ ਰਾਹੀਂ ਟਾਰਗੇਟ ਕੀਤਾ ਜਾਣਾ ਇਹ ਕਿਤੇ ਕੋਈ ਸਾਜਿਸ਼ ਦੇ ਵੱਲ ਇਸ਼ਾਰਾ ਤਾਂ ਨਹੀਂ ਕਰਦਾ। ਸੁਖਵਿੰਦਰ ਜੀ, ਸਾਜਿਸ਼ ਤਾਂ ਸਾਫ਼ ਤੌਰ ਤੇ ਬਣੀ ਹੋਈ ਦਿਖਾਈ ਦੇ ਰਹੀ ਹੈ ਜਿਸ ਤਰੀਕੇ ਨਾਲ ਸਥਿਤੀਆਂ ਬਣਦੀਆਂ ਜਿਹੜੀਆਂ ਸਥਿਤੀਆਂ ਤੁਸੀਂ ਬਿਆਨ ਕੀਤੀਆਂ ਨੇ। ਮੈਂ ਗੱਲ ਜਿਹੜੀ 2022 ਤੋਂ ਸ਼ੁਰੂ ਕਰਾਂਗਾ ਜਦੋਂ ਇਲੈਕਸ਼ਨ ਹੁੰਦੀ ਹੈ। ਇਲੈਕਸ਼ਨ ਹੋਣ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਜਿਸ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਜਾਂਚ ਦੇ ਮੁੱਦੇ ਨੂੰ ਲੈ ਕੇ ਬਾਂਹ ਫੜ ਕੇ ਕਹਿੰਦੇ ਰਹੇ ਕਿ ਇਹ ਸਾਡੇ ਕੋਲ ਜਾਂਚ ਹੈਗੀ ਹੈ ਤੇ 24 ਘੰਟਿਆਂ ਚ ਇਨਸਾਫ਼ ਜਿਹੜਾ ਅਸੀਂ ਦੇ ਦਾਂਗੇ ਇਸ ਮੁੱਦੇ ਤੇ ਬਹਿਬਲ ਕਰਾਂ ਜਾਂ ਕੋਟਕਪੁਰਾ ਗੋਲੀ ਕਾਂਡ ਦੇ ਉੱਤੇ। ਸਰਕਾਰ ਬਣਦੀ ਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਲਾਂਜਲੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਜਦੋਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਕਦੇ ਵੀ ਇਸ ਮੁੱਦੇ ਤੋਂ ਪਿੱਛੇ ਨਹੀਂ ਹਟਦੇ। ਜਿੱਥੇ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਉਹ ਇਸ ਮੁੱਦੇ ਨੂੰ ਚੁੱਕਦੇ ਆ, ਚਾਹੇ ਸੰਗਰੂਰ ਦੀ ਜਿਮਨੀ ਚੋਣ ਹੋਵੇ ਉੱਥੇ ਜਾ ਕੇ ਵੀ ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ, ਉਸ ਤੋਂ ਬਾਅਦ ਵਿਧਾਨ ਸਭਾ ਦੇ ਫਲੋਰ ਤੋਂ ਵੀ ਉਹਨਾਂ ਨੇ ਇਸ ਮੁੱਦੇ ਤੇ ਸੰਬੰਧੀ ਗੱਲ ਕੀਤੀ ਤੇ ਸਮੇਂ-ਸਮੇਂ ਤੇ ਉਹਨਾਂ ਨੇ ਗੱਲ ਕੀਤੀ। ਪਰ ਸ਼ਾਇਦ ਇਹ ਗੱਲ ਜਿਹੜੀ ਸੀ ਸਰਕਾਰ ਨੂੰ ਪਚਦੀ ਨਹੀਂ ਜਾਂ ਸਰਕਾਰ ਨੂੰ ਠੀਕ ਨਹੀਂ ਬੈਠਦੀ, ਤਾਂ ਇਹੋ ਹੀ ਕਾਰਨ ਆ ਕਿ ਜਦੋਂ ਵੀ ਉੱਥੇ ਸਮਝੌਤੇ ਦੀ ਗੱਲ ਚੱਲਦੀ ਸੀ ਜਾਂ ਜਦੋਂ ਇਨਸਾਫ ਮੋਰਚਾ ਜਦੋਂ ਕੋਈ ਮੋਰਚਾ ਲਾਉਂਦਾ ਸੀ ਉੱਥੇ ਸ਼ੁਰੂਆਤ ਕਰਦਾ ਸੀ ਜਾ ਕੇ ਸਰਕਾਰ ਦੇ ਮੰਤਰੀ ਜਾ ਕੇ ਭਰੋਸਾ ਦੇ ਦਿੰਦੇ ਸਨ, ਜਦੋਂ ਕਿ ਉੱਥੇ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਮੋਰਚੇ ਦੇ ਹੱਕ ਵਿੱਚ ਖਲੋਤੇ ਨਜ਼ਰ ਆਏ, ਕਈ ਵਾਰ ਨਜ਼ਰ ਆਏ, ਤਾਂ ਸ਼ਾਇਦ ਇਹ ਗੱਲ ਸੁਖਵਿੰਦਰ ਜੀ ਸਰਕਾਰ ਨੂੰ ਪਸੰਦ ਨਹੀਂ ਸੀ। ਤਾਂ ਇਸੇ ਹੋਈ ਕਾਰਨ ਲੱਗਦਾ ਜੋ ਸਥਿਤੀਆਂ ਬੜੀਆਂ ਨੇ ਕਿ ਇੱਕ ਸਾਜਿਸ਼ ਦੇ ਤਹਿਤ ਹੀ ਪਹਿਲਾਂ ਤਾਂ ਇੱਕ ਚਿੱਠੀ ਲਿਖਾਈ ਜਾਂਦੀ ਆ, ਚਿੱਠੀ ਦੇ ਵਿੱਚ ਸਿੱਧੇ ਕਲੀਅਰ ਕੱਟ ਕੁੰਵਰ ਵਿਜੇ ਪ੍ਰਤਾਪ ਨੂੰ ਟਾਰਗੇਟ ਕਰਕੇ ਇਹ ਕਿਹਾ ਜਾਂਦਾ ਕਿ ਇਹਨਾਂ ਨੇ ਗਵਾਹਾਂ ਨੂੰ ਦੋਸ਼ੀ ਬਣਾ ਲਿਆ ਤੇ ਦੋਸ਼ੀ ਨੂੰ ਗਵਾਹ ਬਣਾ ਲਿਆ। ਇੱਕ ਹੋਰ ਗੱਲ ਕਰਦੀ ਹੈ ਸੁਖਰਾਜ ਸਿੰਘ ਦੀ, ਸੁਖਰਾਜ ਕਹਿੰਦਾ ਕਿ ਜਿਸ ਦਿਨ ਇਹ ਘਟਨਾ ਵਾਪਰਦੀ ਆ ਉਸ ਦਿਨ ਤਾਂ ਮੈਂ ਵਿਦੇਸ਼ ਵਿੱਚ ਸਾਂ, ਮੈਨੂੰ ਕੁਝ ਪਤਾ ਹੀ ਨਹੀਂ, ਤੇ ਜੇਕਰ ਇਸ ਗੱਲਾਂ ਦਾ ਪਤਾ ਹੀ ਨਹੀਂ ਤਾਂ ਫਿਰ ਉਹ ਹਰ ਜਾਂਚ ਦੇ ਵਿੱਚ ਅੱਜ ਉਹ ਇੰਨੀ ਗੱਲ ਕਹਿ ਰਹੇ ਨੇ ਤਾਂ ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਉਦੋਂ ਹਰ ਮੁਰਤੇ ਹਰ ਜਾਂਚ ਦੇ ਵਿੱਚ ਕਿਸ ਤਰੀਕੇ ਨਾਲ ਸ਼ਰੀਕ ਹੁੰਦੇ ਨੇ। ਸੋ ਸੁਖਵਿੰਦਰ ਜੀ, ਇਹ ਜਿਸ ਦਿਨ ਇਹ ਮੋਰਚਾ ਸਮਝੌਤਾ ਹੁੰਦਾ, ਜਿਸ ਦਿਨ ਇਹ ਉੱਠਦੇ ਨੇ ਲੋਕ, ਉਸ ਦਿਨ ਵੀ ਆਪਾਂ ਪ੍ਰੋਗਰਾਮ ਕੀਤਾ ਸੀ ਮੈਨੂੰ ਯਾਦ ਆ, ਤਾਂ ਉਦੋਂ ਵੀ ਇਹ ਗੱਲਾਂ ਚੱਲੀਆਂ ਕਿ ਸ਼ਾਇਦ ਪਰਦੇ ਦੇ ਪਿੱਛੇ ਬਹੁਤ ਕੁਝ ਇਹੋ ਜਿਹਾ ਹੋ ਗਿਆ ਕਿ ਜਿਹੜਾ ਹੁਣ ਸਾਹਮਣੇ ਆਉਣਾ, ਹੌਲੀ ਹੌਲੀ ਸਾਹਮਣੇ ਜਿਹੜਾ ਆਵੇਗਾ। ਤਾਂ ਸਥਿਤੀਆਂ ਸੁਖਵਿੰਦਰ ਜੀ ਇਹ ਆ, ਸਰਕਾਰ ਵਾਸਤੇ ਆਪਣੇ ਹੀ ਵਿਧਾਇਕ ਵੱਲੋਂ ਉਠਾਈ ਗਈ ਜਿਹੜੀ ਆਵਾਜ਼ ਆ ਸੁਖਵਿੰਦਰ ਜੀ, ਸ਼ਾਇਦ ਉਹਨਾਂ ਨੂੰ ਪਚ ਨਹੀਂ ਸੀ ਰਹੀ। ਕਿਹਾ ਜਾ ਸਕਦਾ ਕਿ ਸਥਿਤੀਆਂ ਜਿਸ ਤਰ੍ਹਾਂ ਆਮ ਲੋਕ ਕਹਿੰਦੇ ਨੇ, ਜ਼ਿਆਦਾਤਰ ਲੋਕ ਇਹੋ ਕਹਿੰਦੇ ਨੇ ਕਿ ਸ਼ਾਇਦ ਇੱਕ ਸਾਜਿਸ਼ ਦਾ ਤਹਿਤ ਹੀ ਉਹਨਾਂ ਨੂੰ ਇੱਕ ਟਾਰਗੇਟ ਜਿਹੜਾ ਸੁਖਵਿੰਦਰ ਜੀ ਕੀਤਾ ਜਾ ਰਿਹਾ, ਖਾਸ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਮੁੱਦੇ ਤੇ, ਜਿਸ ਮੁੱਦੇ ਨੂੰ ਲੈ ਕੇ ਉਹ ਅੱਗੇ ਆਏ। ਸੁਖਰਾਜ ਦੀ ਪ੍ਰੈਸ ਕਾਨਫਰੰਸ ਕਰ ਲਓ, ਉਹਨਾਂ ਨੇ ਉਹਦੇ ਵਿੱਚ ਇਹ ਵੀ ਗੱਲ ਕਹੀ ਆ ਕਿ ਅਸਤੀਫੇ ਦੇ ਕੇ ਲੋਕ MLA ਬਣ ਕੇ ਸਿੱਧਾ ਉਹਨੇ ਵੀ ਟਾਰਗੇਟ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੀਤਾ ਜੀ। ਔਰ ਦੂਜੇ ਪਾਸੇ ਗੱਲ ਇਹ ਵੀ ਦੇਖਣ ਵਾਲੀ ਹੈ ਕਿ IG ਬੇਸ਼ੱਕ MLA ਗੱਲ ਕਹਿੰਦੇ ਹੁਣ ਕਿ ਅਸੀਂ ਚੀਫ ਸੈਕਟਰ ਤੋਂ ਉੱਪਰ ਹਾਂ, ਪਰ ਅਸਲੀਅਤ ਦੇ ਵਿੱਚ ਮੈਨੂੰ ਲੱਗਦਾ ਜੇ ਪਾਵਰ ਦੇ ਤੌਰ ਤੇ ਦੇਖੀਏ ਤਾਂ IG ਦੇ ਅੱਗੇ ਜਿਹੜਾ MLA ਜਿਹੜਾ ਉਹ ਕੁਝ ਵੀ ਨਹੀਂ ਆ ਮੈਨੂੰ ਲੱਗਦਾ। ਔਰ ਦੂਜੀ ਗੱਲ ਇਹ ਹੈ ਕਿ ਹਾਲੇ 10 ਸਾਲ ਦੀ ਨੌਕਰੀ ਵੀ ਉਹਨਾਂ ਦੀ ਪਈ ਸੀ, DGP ਤੱਕ ਉਹਨਾਂ ਨੇ ਜਾਣਾ ਸੀਗਾ, ਮੈਨੂੰ ਲੱਗਦਾ ਕਿ ਉਹਨਾਂ ਨੂੰ MLA ਸ਼ਿਫਟੀ ਜਿਹੜੀ ਉਹ ਇਸ ਤਰੀਕੇ ਦੀ ਲੋੜ ਨਹੀਂ ਸੀ, ਔਰ ਉਹਨਾਂ ਕੋਲੇ ਪਹਿਲੇ ਪਬਲਿਸਿਟੀ ਜਿਹੜੀ ਉਹ ਬੜੀ ਸੀ। ਪਰ ਸੁਖਰਾਜ ਸਿੰਘ ਹੋਰੀ ਕੀ ਸੋਚਦੇ ਆ ਇਹਦੇ ਵਿੱਚ ਹੁਣ ਮੈਂ ਕੁਝ ਕਹਿ ਨਹੀਂ ਸਕਦੇ ਆਪਾਂ, ਔਰ ਕੁੰਵਰ ਵਿਜੇ ਪ੍ਰਤਾਪ ਕੀ ਸੋਚਦੇ ਆ ਉਹਨਾਂ ਦੇ ਨਾਲ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਕਰਾਂਗੇ, ਔਰ ਸੁਖਰਾਜ ਸਿੰਘ ਹੋਰਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਕਰਨੀ ਆਉਣ ਵਾਲੇ ਦਿਨਾਂ ਦੇ ਵਿੱਚ, ਦੋਵਾਂ ਦਾ ਪੱਖ ਜਿਹੜੀ ਆ ਕੋਸ਼ਿਸ਼ ਕਰਾਂਗੇ ਰੱਖਣ ਦੀ, ਔਰ ਇਹ ਗੱਲਬਾਤ ਜਿਹੜੀ ਆ ਅਣਖੀ ਸਾਹਿਬ ਨੇ ਅਸਲੀਅਤ ਤੋਂ ਜਾਣੂ ਕਰਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ। ਚਲੋ ਅਣਖੀ ਸਾਹਿਬ, ਆਪਾਂ ਅੱਗੇ ਜਿਹੜੀ ਉਹ ਗੱਲਬਾਤ ਕਰ ਲੈਂਦੇ ਹਾਂ। ਅਗਲੀ ਖਬਰ ਹੈ ਕਿ 2 ਬਿੱਲ ਜਿਹੜੇ ਆ, ਇੱਕ ਤਾਂ ਗੁਰਦੁਆਰਾ ਸੋਧ ਐਕਟ ਜਿਹੜਾ ਬਿੱਲ ਹੈ, ਇੱਕ ਤਾਂ ਉਹ ਭੇਜ ਦਿੱਤਾ ਗਿਆ।
ਇਹ ਕਿਹਾ ਕਿ ਇੱਕ ਇਹ ਬਿੱਲ ਪਾਸ ਕੀਤਾ ਗਿਆ ਕਿ ਡੀਜੀਪੀ ਨੂੰ ਸਰਕਾਰ ਜਿਹੜੀ ਆਪਣੇ ਪੱਧਰ ਤੇ ਲਗਾ ਸਕਦੀ ਹੈ, ਯੂਪੀਐਸਸੀ ਨੂੰ ਪੈਨਲ ਭੇਜਣ ਦੀ ਜਿਹੜੀ ਜ਼ਰੂਰਤ ਨਾ ਪਵੇ। ਕਿਵੇਂ ਦੇਖਦੇ ਹੋ ਕਿ ਦੋਵਾਂ ਬਿੱਲਾਂ ਤੇ ਸਾਈਨ ਕੀ ਰਾਜਪਾਲ ਕਰ ਦੇਣਗੇ? ਇੱਕ ਤੇ ਤਾਂ ਗੁਰਬਾਣੀ ਵਾਲੇ ਮੁੱਦੇ ਨੂੰ ਲੈ ਕੇ ਜਿਹੜਾ ਕੋਈ ਬੜਾ ਰੌਲਾ ਰੱਪਾ ਪਿਆ, ਔਰ ਸਾਰੀਆਂ ਪਾਰਟੀਆਂ ਜਿਹੜੀਆਂ ਭਗਵੰਤ ਮਾਨ ਨੂੰ ਘੇਰ ਰਹੀਆਂ ਨੇ, ਔਰ ਐਸਜੀਪੀਸੀ ਵੀ ਘੇਰ ਰਹੀ ਹੈ, ਐਸਜੀਪੀਸੀ ਜਾ ਕੇ ਰਾਜਪਾਲ ਸਾਹਿਬ ਨੂੰ ਮਿਲ ਕੇ ਵੀ ਆਈ ਹੈ, ਕਿ ਲੱਗਦਾ ਕਿ ਅਜਿਹੇ ਦੇ ਵਿੱਚ ਰਾਜਪਾਲ ਸਾਹਿਬ ਜਿਹੜੇ ਆ ਉਹ ਸਾਈਨ ਕਰ ਦੇਣਗੇ ਉਸ ਬਿੱਲ ਦੇ ਉੱਪਰ? ਔਰ ਨਾਲ ਹੀ ਨਾਲ ਮੈਂ ਸਵਾਲ ਇਹ ਵੀ ਪੁੱਛੂੰਗਾ ਕਿ ਡੀਜੀਪੀ ਵਾਲੇ ਮਸਲੇ ਤੇ ਵੀ ਦੋਵੇਂ ਜਿਹੜੇ ਬੜੇ ਅਹਿਮ ਜਿਹੜੇ ਮੁੱਦੇ ਹੈਗੇ ਆ, ਔਰ ਕੀ ਲੱਗਦਾ ਕਿ ਰਾਜਪਾਲ ਸਾਹਿਬ ਮਦਦ ਕਰਨਗੇ ਸਾਈਨ ਕਰਕੇ, ਜਾਂ ਫਿਰ ਮੁਸੀਬਤ ਖੜੀ ਕਰ ਦੇਣਗੇ ਭਗਵੰਤ ਮਾਨ ਦੇ ਲਈ? ਸੁਖਵਿੰਦਰ ਜੀ, ਇਹ ਜਿਹੜੇ ਦੋ ਬਿੱਲ ਪੇਸ਼ ਹੋਏ ਨੇ ਜਿਹੜੇ ਵਿਧਾਨ ਸਭਾ 'ਚ ਪਾਸ ਕੀਤੇ ਗਏ ਤੇ ਗਵਰਨਰ ਸਾਹਿਬ ਕੋਲ ਜਿਹੜੇ ਭੇਜ ਦਿੱਤੇ ਗਏ ਨੇ, ਤਾਂ ਉਸ ਤੋਂ ਨਾਲ ਹੀ ਨਾਲ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਣਾ ਨੇ ਗੱਲ ਕੀਤੀ ਉਹਨਾਂ ਦੇ ਹੈਲੀਕਾਪਟਰ ਵਰਤਣ ਵਾਲੀ, ਤੇ ਜਿਸ ਤਰੀਕੇ ਨਾਲ ਕੱਲ ਜਾਂ ਪਰਸੋਂ ਰਾਜਪਾਲ ਸਾਹਿਬ ਨੇ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਹੀਂ ਵਰਤਿਆ ਸ਼੍ਰੀਨਗਰ ਜਾਣ ਵਾਸਤੇ, ਉਹ ਦੂਜੇ ਉਡਾਣ ਤੇ ਗਏ ਨੇ, ਤਾਂ ਉੱਥੋਂ ਤਾਂ ਸਾਫ਼ ਜ਼ਾਹਿਰ ਹੁੰਦਾ ਕਿ ਅਜੇ ਇਹਨਾਂ ਬਿੱਲਾਂ ਨੂੰ ਲੈ ਕੇ ਸਿਆਸਤ ਜਿਹੜੀ ਆ ਕੁਝ ਸਮਾਂ ਚੱਲੇਗੀ। ਕਿਉਂਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਬਾਣੀ ਪ੍ਰਸਾਰਣ ਦੇ ਬਿੱਲ ਨੂੰ ਲੈ ਕੇ ਉੱਥੇ ਪੇਸ਼ ਹੋਏ, ਉੱਥੇ ਜਾ ਕੇ ਮੁਲਾਕਾਤ ਕੀਤੀ ਹੈ ਰਾਜਪਾਲ ਸਾਹਿਬ ਨਾਲ, ਤੇ ਦੂਜੇ ਪਾਸੇ ਭਾਰਤ ਸਰਕਾਰ ਦੇ ਗ੍ਰਹਿ ਮੰਤਰ ਜਿਹੜੇ ਮੰਤਰੀ ਨੇ ਅਮਿਤ ਸ਼ਾਹ ਹੋਣੀ, ਉਹਨਾਂ ਨਾਲ ਵੀ ਗੱਲਬਾਤ ਮੁਲਾਕਾਤ ਕਰਨ ਦਾ ਸਮਾਂ ਮੰਗਿਆ, ਤਾਂ ਅਜਿਹੀਆਂ ਸਾਰੀਆਂ ਸਥਿਤੀਆਂ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਭਾਜਪਾ ਏਡੀ ਜਲਦੀ ਜਾਂ ਗਵਰਨਰ ਸਾਹਿਬ ਏਡੀ ਜਲਦੀ ਇਸ ਬਿੱਲ ਦੇ ਉੱਤੇ ਸਾਈਨ ਕਰ ਦੇਣਾ, ਕਿਉਂਕਿ ਇਹ ਬੜੀ ਦੂਰ ਦੀ ਕੌਡੀ ਜਿਹੜੀ ਆ ਭਾਜਪਾ ਵੱਲੋਂ ਵੀ ਖੇਡੀ ਜਾਣੀ ਆ ਤੇ ਉਸ ਦੇ ਨਾਲ ਹੀ ਨਾਲ ਗਵਰਨਰ ਸਾਹਿਬ ਵੱਲੋਂ ਵੀ ਖੇਡੀ ਜਾਣੀ ਆ, ਤਾਂ ਜੋ ਇਸ ਤੇ ਦੋ ਕਾਰਨ ਨੇ ਸੁਖਿੰਦਰ ਜੀ। ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਆ ਉਹ ਕਿਸੇ ਸਮੇਂ ਵੀ ਐਲਾਨੀ ਜਿਹੜੀ ਜਾ ਸਕਦੀ ਹੈ ਜਿਹੜੀਆਂ ਸਥਿਤੀਆਂ ਬਣੀਆਂ ਨੇ, ਤਾਂ ਜਿਸ ਤਰੀਕੇ ਨਾਲ ਬੀਤੇ ਦਿਨਾਂ ਦੇ ਵਿੱਚ ਅਮਿਤ ਸ਼ਾਹ ਹੋਣਾ ਨੇ ਬੀਤੇ ਸਮੇਂ ਦੇ ਵਿੱਚ ਜੋ ਸਿੱਖ ਧਰਮ ਵਾਸਤੇ ਕੀਤੇ ਗਏ ਕੰਮਾਂ ਨੂੰ ਗਿਣਾਇਆ, ਤੇ ਜਿਸ ਤਰੀਕੇ ਨਾਲ ਉਹਨਾਂ ਨੇ ਪੰਥਕ ਵੋਟਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦਾ ਯਤਨ ਕੀਤਾ, ਇਹ ਸਾਰੀ ਰਣਨੀਤੀ ਉਹਦੇ ਉੱਤੇ ਨਿਰਭਰ ਕਰਦੀ ਹੈ। ਗੱਲ ਤੁਹਾਡੀ ਰਾਜਪਾਲ ਸਾਹਿਬ ਦੇ ਉੱਤੇ ਸੀ, ਰਾਜਪਾਲ ਸਾਹਿਬ ਨੂੰ ਉੱਪਰੋਂ ਜੇ ਇਸ਼ਾਰਾ ਹੋਇਆ ਤਾਂ ਸੁਖਵਿੰਦਰ ਜੀ ਜੇਕਰ ਇਸ ਦਾ ਐਡਵਾਂਟੇਜ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਸੂਰਤ ਵਿੱਚ ਮਿਲਦਾ ਹੋਇਆ ਤਾਂ ਇਹ ਬਿੱਲ ਫਿਰ ਰਾਸ਼ਟਰਪਤੀ ਕੋਲ ਜਾਣਗੇ, ਤਾਂ ਜੇਕਰ ਇਸ ਮਸਲੇ ਨੂੰ ਹੋਰ ਗੁੰਝਲਦਾਰ ਸਥਿਤੀ ਬਣਾਉਣ ਦਾ ਯਤਨ ਕਰਨਾ, ਤੇ ਇਹ ਖਾਸ ਤੌਰ ਤੇ ਜਿਹੜਾ ਗੁਰਬਾਣੀ ਪ੍ਰਸਾਰਣ ਵਾਲਾ ਜਿਹੜਾ ਬਿੱਲ ਆ ਇਹ ਤਾਂ ਵਾਪਸ ਭੇਜਿਆ ਜਾ ਸਕਦਾ, ਤੇ ਦੂਸਰੇ ਬੰਨੇ ਜਿਹੜਾ ਪੰਜਾਬ ਪੁਲਿਸ ਤੇ ਡੀਜੀਪੀ ਵਾਲਾ ਜਿਹੜਾ ਬਿੱਲ ਆ ਸੁਖਵਿੰਦਰ ਜੀ ਉੱਥੇ ਵੀ ਇੱਕ ਤਰੀਕੇ ਦੇ ਨਾਲ ਬੀਤੇ ਦੌਰ ਵਿੱਚ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਨੇ ਰਾਜਪਾਲ ਸਾਹਿਬ ਦੀਆਂ ਸ਼ਕਤੀਆਂ ਦੇ ਪਰ ਕੱਟਣ ਦੀ ਕੋਸ਼ਿਸ਼ ਕੀਤੀ ਆ, ਮੇਰਾ ਨਹੀਂ ਖਿਆਲ ਜਾਂ ਮੇਰੀ ਜੋ ਆਪਣੀ ਸਮਝ ਹੈ ਮੇਰਾ ਨਹੀਂ ਖਿਆਲ ਕਿ ਰਾਜਪਾਲ ਸਾਹਿਬ ਏਡੀ ਜਲਦੀ ਉਹਨਾਂ ਤੇ ਸਾਈਨ ਕਰਕੇ ਇਹ ਸਰਕਾਰ ਨੂੰ ਇੰਨਾ ਕੁ ਸ਼ਕਤੀਸ਼ਾਲੀ ਬਣਾ ਦੇਣ ਕਿ ਹਾਂ ਵੀ ਇਹ ਸਰਕਾਰ ਹੋਰ ਬੀਤੇ ਦੌਰ 'ਚ ਅਜਿਹੇ ਫੈਸਲੇ ਕਰੇ ਜਿਹੜੇ ਜਿੱਥੇ ਸਿੱਧੇ ਗਵਰਨਰ ਦੇ ਅਧਿਕਾਰਾਂ ਨੂੰ ਚੈਲੰਜ ਹੁੰਦਾ ਹੋਵੇ। ਹੁਣ ਗੱਲ ਇਹ ਆ ਕਿ ਇਹ ਜਿਹੜਾ ਗੁਰਬਾਣੀ ਪ੍ਰਸਾਰਣ ਦਾ ਬਿੱਲ ਆ ਇਹ ਸਿੱਖ ਭਾਵਨਾਵਾਂ ਦੇ ਨਾਲ ਜੁੜਿਆ, ਸਾਰੀ ਵਿਰੋਧੀ ਪਾਰਟੀਆਂ ਇਸ ਮੁੱਦੇ ਤੇ ਭਗਵੰਤ ਮਾਨ ਦੀ ਸਰਕਾਰ ਦੀ ਆਲੋਚਨਾ ਕਰ ਰਹੀਆਂ ਨੇ ਜਿਹੜਾ ਗੁਰਦੁਆਰਾ ਐਕਟ 2023 ਨੂੰ ਲੈ ਕੇ, ਪਰ ਬੜੀ ਹੈਰਾਨਗੀ ਦੀ ਗੱਲ ਆ ਕਿ ਫ੍ਰੀ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਪਾਰਟੀਆਂ ਦੇ ਵਿਚਾਰ ਜਿਹੜੇ ਅਲੱਗ ਅਲੱਗ ਨੇ। ਸੁਭਾਸ਼ ਸ਼ਰਮਾ ਕੁਝ ਕਹਿ ਦਿੰਦਾ, ਕਾਂਗਰਸ ਦੇ ਬੁਲਾਰੇ ਕੁਝ ਕਹਿ ਦਿੰਦੇ ਆ, ਪ੍ਰਸ਼ਨ ਜਿਹੜਾ ਫਿਰ ਗਵਰਨਰ ਸਾਹਿਬ ਤੇ ਟਿਕਦਾ, ਗਵਰਨਰ ਸਾਹਿਬ ਸੁਖਵਿੰਦਰ ਜੀ ਅਜੇ ਏਡੀ ਜਲਦੀ ਇਹਦੇ ਤੇ ਸਾਈਨ ਨਹੀਂ ਕਰਨਗੇ, ਅਜੇ ਇਸ ਨੂੰ ਲਮਕਾ ਕੇ ਰੱਖਣਗੇ ਜ਼ਰੂਰ। ਜੀ ਬਿਲਕੁਲ, ਚਲੋ ਅਣਖ ਸਾਹਿਬ ਜੀ ਚਾਹਨਾ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਸਿਸਟੈਂਟ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਖਬਰਾਂ ਸਾਡੇ ਨਾਲ ਗੱਲਬਾਤ ਕੀਤੀ ਗਈ, ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।